ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਸੁਨੀਲ ਚੌਧਰੀ BSBW ਕਰੀਅਰ ਬਿਲਡਰਸ ਤੋਂ। ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਉਹਨਾਂ ਸਟੂਡੈਂਟਸ ਦੇ ਬਾਰੇ ਜੋ UK ਸਟੱਡੀ ਵੀਜ਼ਾ 'ਤੇ ਜਾਣਾ ਚਾਹੁੰਦੇ ਆ। UK ਸਟੱਡੀ ਵੀਜ਼ਾ 'ਤੇ ਹਰ ਉਹ ਕੈਂਡੀਡੇਟ ਅਪਲਾਈ ਕਰ ਸਕਦਾ ਹੈ ਜਿਸ ਨੇ ਪਲੱਸ ਟੂ ਕੀਤੀ ਹੈ, ਪਲੱਸ ਟੂ 17, 18, 19 ਪਾਸ ਆਊਟ ਜਿਹੜੇ ਬੱਚੇ ਹੈਗੇ ਉਹ IELTS ਔਰ ਵਿਦਆਊਟ IELTS ਅਪਲਾਈ ਕਰ ਸਕਦੇ ਆ। ਪਲੱਸ ਟੂ ਪਾਸ ਆਊਟ ਬੱਚਾ ਬੈਚਲਰ ਪ੍ਰੋਗਰਾਮ ਲਈ ਅਪਲਾਈ ਕਰ ਸਕਦਾ ਹੈ। ਮਿਨੀਮਮ ਰਿਕੁਆਇਰਮੈਂਟ 60% ਦੀ ਹੈਗੀ ਹੈ, ਓਵਰਆਲ ਐਂਡ ਐਗਰੀਗੇਟ ਪਰਸੈਂਟੇਜ ਜਿਹੜੀ ਉਹਦੀ 60 ਹੋਣੀ ਚਾਹੀਦੀ ਹੈ। IELTS ਦਾ ਕ੍ਰਾਈਟੀਰੀਆ ਕੀ ਹੈ ਕਿ ਅਗਰ ਬੱਚੇ ਦੇ ਪਲੱਸ ਟੂ ਦੇ ਵਿੱਚ ਮਾਰਕਸ ਇੰਗਲਿਸ਼ ਦੇ ਵਿੱਚ ਮਾਰਕਸ ਅਗਰ 60% ਜਾਂ 65% ਤੋਂ ਅਬਵ ਹੈਗੇ ਤਾਂ ਉਹ ਵਿਦਆਊਟ IELTS ਵੀ ਅਪਲਾਈ ਕਰ ਸਕਦਾ। ਅਗਰ ਉਹਨੇ IELTS ਕੀਤਾ ਹੋਇਆ ਤਾਂ IELTS ਦੇ ਵਿੱਚ 5.5 ਈਚ ਬੈਂਡ ਦੀ ਮਿਨੀਮਮ ਰਿਕੁਆਇਰਮੈਂਟ ਹੈਗੀ ਹੈ। ਸਿਮਿਲਰਲੀ ਜੋ ਸਟੂਡੈਂਟ ਗ੍ਰੈਜੂਏਟ ਹੈਗਾ ਉਹਨੇ ਅਗਰ IELTS ਕੀਤਾ ਹੋਇਆ ਤਾਂ 6 ਬੈਂਡ ਓਵਰਆਲ ਦੀ ਰਿਕੁਆਇਰਮੈਂਟ ਹੈਗੀ ਹੈ। ਔਰ ਅਗਰ ਉਹਨੇ IELTS ਨਹੀਂ ਕੀਤਾ ਤਾਂ ਉਹ ਵੀ ਪਲੱਸ ਟੂ ਦੇ ਮਾਰਕਸ ਅਗਰ ਉਹਦੇ ਪਲੱਸ ਟੂ ਦੇ ਇੰਗਲਿਸ਼ ਦੇ ਮਾਰਕਸ 60% ਜਾਂ ਉਸ ਤੋਂ ਜ਼ਿਆਦਾ ਹੈਗੇ ਤਾਂ ਉਹ ਵਿਦਆਊਟ IELTS ਅਪਲਾਈ ਕਰ ਸਕਦਾ। ਜੋ ਗ੍ਰੈਜੂਏਟ ਸਟੂਡੈਂਟ ਹੈ ਉਹ ਮਾਸਟਰਸ ਪ੍ਰੋਗਰਾਮ ਲਈ ਅਪਲਾਈ ਕਰੇਗਾ, 2 ਸਾਲ ਦੀ ਮਾਸਟਰ ਡਿਗਰੀ ਹੋਏਗੀ। ਔਰ ਇਹਦੇ 'ਚ ਅਸੀਂ ਜੋ ਐਡਮਿਸ਼ਨ ਕਰ ਰਹੇ ਹਾਂ ਸਿਰਫ ਅਤੇ ਸਿਰਫ ਯੂਨੀਵਰਸਿਟੀਜ਼ ਦੇ ਵਿੱਚ ਕਰ ਰਹੇ ਹਾਂ, ਅਸੀਂ ਕਿਸੇ ਵੀ ਕਾਲਜ ਨਾਲ ਡੀਲ ਨਹੀਂ ਕਰ ਰਹੇ। ਹਾਂ, ਲੋਕੇਸ਼ਨ ਤੁਹਾਨੂੰ ਹਰ ਲੋਕੇਸ਼ਨ, ਚਾਹੇ ਉਹ ਲੰਡਨ ਹੈ, ਬਰਮਿੰਗਮ ਹੈ, ਲਾਈਸੈਸਟਰ ਹੈ, ਸਕੋਟਲੈਂਡ ਹੈ, ਸੋ ਹਰ ਲੋਕੇਸ਼ਨ ਦੇ ਵਿੱਚ ਸਾਡੀ ਕੋਸ਼ਿਸ਼ ਹੈ ਕਿ ਅਸੀਂ ਸਟੂਡੈਂਟ ਨੂੰ ਜਿਹੜੇ ਆਪਸ਼ਨਸ ਉਹ ਪ੍ਰੋਵਾਈਡ ਕਰ ਸਕਦੇ ਹਾਂ। ਇੱਕ ਚੀਜ਼ ਮੈਂ ਇੱਥੇ ਹੋਰ ਕਹਿਣਾ ਚਾਹੂੰਗਾ ਕਿ ਜਿੰਨੀਆਂ ਵੀ ਵਧੀਆ ਯੂਨੀਵਰਸਿਟੀਜ਼ ਹੈਗੀਆਂ, ਰੈਂਕਿੰਗ ਦੇ ਵਿੱਚ ਅੱਛੀਆਂ ਯੂਨੀਵਰਸਿਟੀਜ਼ ਹੈ ਔਰ ਜੋ ਵਧੀਆ ਐਜੂਕੇਸ਼ਨ ਸਟੂਡੈਂਟ ਨੂੰ ਪ੍ਰੋਵਾਈਡ ਕਰਦੀਆਂ, ਉਹਨਾਂ ਸਾਰੀਆਂ ਯੂਨੀਵਰਸਿਟੀਜ਼ ਦੀ ਜਿਹੜੀ ਫੀਸ ਹੈਗੀ ਹੈ ਉਹ ਕੈਨੇਡਾ ਦੇ ਵਾਂਗ ਵੀਜ਼ਾ ਲੱਗਣ ਤੋਂ ਪਹਿਲਾਂ ਜਾਂਦੀ ਹੈ। ਹਾਂ, ਕੁਛ ਯੂਨੀਵਰਸਿਟੀਜ਼ ਦੇ ਵਿੱਚ ਬੱਚਿਆਂ ਕੋਲ ਆਪਸ਼ਨ ਇਹ ਹੈਗਾ ਕਿ ਬੱਚਾ 50% ਫੀਸ ਵੀਜ਼ਾ ਤੋਂ ਪਹਿਲਾਂ ਪੇ ਕਰ ਸਕਦਾ, 50% ਫੀਸ ਵੀਜ਼ਾ ਆਉਣ ਤੋਂ ਬਾਅਦ, ਬਟ ਇੰਡੀਆ ਤੋਂ ਟਰੈਵਲ ਕਰਨ ਤੋਂ ਪਹਿਲਾਂ ਉਹਨੂੰ ਪੇ ਕਰਨੀ ਪੈਣੀ ਹੈ। ਬਹੁਤ ਸਾਰੇ ਤੁਹਾਨੂੰ ਮਾਰਕੀਟ ਦੇ ਵਿੱਚ ਐਸੇ ਵੀ ਆਫਰ ਮਿਲਣਗੇ ਕਿ ਸਾਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ, ਸੋ ਪਲੀਜ਼ ਡਿਸੀਜ਼ਨ ਤੁਹਾਡਾ ਆਪਣਾ ਹੈ। ਸੋਚ ਸਮਝ ਕੇ ਡਿਸਾਈਡ ਕਰੋ ਕਿ ਤੁਸੀਂ ਵਧੀਆ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਣੀ ਹੈ ਜਾਂ ਫੀਸ ਆਫਟਰ ਵੀਜ਼ਾ ਵਾਲੇ ਜਿਹੜੇ ਲਾਲਚ ਤੁਹਾਨੂੰ ਦਿੱਤੇ ਜਾ ਰਹੇ ਉਹਦੇ ਵਿੱਚ ਫਸਣਾ। ਸੋ ਡਿਸੀਜ਼ਨ ਤੁਹਾਡਾ ਆਪਣਾ, ਸੋਚ ਸਮਝ ਕੇ ਡਿਸਾਈਡ ਕਰੋ, ਪ੍ਰੋਪਰਲੀ ਕੋਰਸ ਵੈਰੀਫਾਈ ਕਰੋ, ਜਿਹੜੇ ਪ੍ਰੋਗਰਾਮ ਦੇ ਵਿੱਚ ਤੁਸੀਂ ਜਾ ਰਹੇ ਹੋ ਰਿਕੁਆਇਰਮੈਂਟ ਤੁਹਾਡੀਆਂ ਕੀ ਹੈਗੀਆਂ, ਰਿਕੁਆਇਰਮੈਂਟਸ ਨੂੰ ਮੀਟ ਕਰੋ, ਉਸ ਤੋਂ ਬਾਅਦ ਹੀ ਤੁਹਾਡੀ ਜਿਹੜੀ ਐਪਲੀਕੇਸ਼ਨ ਪ੍ਰੋਸੈਸ ਕਰੋ, ਨਾ ਕਿ ਕਿਸੇ ਦੇ ਕਹੇ ਸੁਣੇ 'ਤੇ ਵਿਸ਼ਵਾਸ ਕਰਕੇ ਰਿਜੈਕਸ਼ਨ ਲੈ ਲਓ ਕੱਲ੍ਹ ਨੂੰ। ਸੋ ਮੈਂ ਇਹੀ ਰਿਕਮੈਂਡ ਕਰੂੰਗਾ ਕਿ ਆਪਣਾ ਪ੍ਰੋਫਾਈਲ ਤੁਸੀਂ ਖੁਦ ਐਨਾਲਿਸਿਸ ਕਰਕੇ, ਪ੍ਰੋਫਾਈਲ ਨੂੰ ਇਵੈਲਿਊਏਟ ਕਰਕੇ ਐਡਮਿਸ਼ਨ ਪ੍ਰੋਸੈਸ ਕਰੋ ਤਾਂ ਕਿ ਤੁਹਾਡਾ ਜਿਹੜਾ ਵੀਜ਼ਾ ਡਿਸੀਜ਼ਨ ਹੈ ਉਹ ਪੋਜ਼ਿਟਿਵ ਆਵੇ। ਹਾਂ, ਫੰਡਸ ਦੀ ਗੱਲ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਕਿ ਫੰਡ UK ਦੇ ਵਿੱਚ 28 ਡੇਜ਼ ਓਲਡ ਤੁਹਾਨੂੰ ਫੰਡਸ ਚਾਹੀਦੇ ਹੈਗੇ, ਉਹ ਬੱਚੇ ਦੇ ਅਕਾਊਂਟ ਦੇ ਵਿੱਚ ਵੀ ਹੋ ਸਕਦੇ ਆ ਔਰ ਬੱਚੇ ਦੇ ਪੇਰੈਂਟਸ ਦੇ ਅਕਾਊਂਟ ਦੇ ਵਿੱਚ ਵੀ ਹੋ ਸਕਦੇ ਆ, ਉਹ ਤੁਸੀਂ ਦਿਖਾ ਸਕਦੇ ਹੋ। ਇਸ ਤੋਂ ਇਲਾਵਾ ਅਗਰ ਤੁਹਾਨੂੰ ਕੁਝ ਹੋਰ ਇਨਫੋਰਮੇਸ਼ਨ ਚਾਹੀਦੀ ਤੁਸੀਂ ਸਾਡੇ ਨੰਬਰਸ 'ਤੇ ਕਾਲ ਕਰੋ, ਸਾਡੇ ਚੰਡੀਗੜ੍ਹ ਜਾਂ ਲੁਧਿਆਣਾ ਆਫਿਸ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਔਰ ਫੇਸਬੁੱਕ 'ਤੇ ਸਾਡੇ ਵੀਡੀਓ ਦੇ ਨੀਚੇ ਤੁਸੀਂ ਕਮੈਂਟ ਕਰਕੇ ਵੀ ਤੁਸੀਂ ਆਪਣੀ ਇਨਕੁਆਇਰੀ ਲੈ ਸਕਦੇ ਹੋ ਜਾਂ ਸਾਨੂੰ ਪਰਸਨਲੀ ਸਾਨੂੰ ਮੈਸੇਜ ਕਰਕੇ, ਸਾਨੂੰ ਇਨਬੋਕਸ ਦੇ ਵਿੱਚ ਆਪਣਾ ਮੈਸੇਜ ਛੱਡ ਕੇ ਤੁਸੀਂ ਆਪਣੀਆਂ ਇਨਕੁਆਇਰੀਜ਼ ਜਿਹੜੀਆਂ ਹੈਗੀਆਂ ਕਲੀਅਰ ਕਰ ਸਕਦੇ ਹੋ। ਥੈਂਕ ਯੂ ਸੋ ਮੱਚ।